ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਕ੍ਰਾਈਮ ਲਗਾਤਾਰ ਵੱਧ ਰਿਹਾ ਹੈ ਔਰ ਹੁਣ ਤਾਂ ਜੱਜ ਦਾ ਘਰ ਵੀ ਨਹੀਂ ਬਖਸ਼ਿਆ ਚੋਰਾਂ ਨੇ ਔਰ ਚੋਰਾਂ ਨੂੰ ਕੋਈ ਖੌਫ ਨਹੀਂ ਹੈ, ਕੋਈ ਡਰ ਭੈ ਨਹੀਂ ਹੈ। ਜੱਜ ਦੇ ਘਰ 'ਚ ਚੋਰੀ ਹੋਈ ਹੈ, ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਚੋਰਾਂ ਨੇ ਜੱਜ ਦੇ ਘਰ ਨੂੰ ਵੀ ਨਹੀਂ ਬਖਸ਼ਿਆ। ਮਹਿਲਾ ਜੱਜ ਦੇ ਘਰ ਚੋਰਾਂ ਨੇ ਹੱਲਾ ਬੋਲਿਆ ਔਰ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਲੁੱਟ ਜੋ ਚੋਰੀ ਕਰਕੇ ਫਰਾਰ ਹੋ ਗਏ ਤਾਂ ਦਿਨ ਦਿਹਾੜੇ ਤਾਲਾ ਤੋੜ ਕੇ ਘਰ 'ਚ ਆ ਵੜੇ ਚੋਰ। ਸੀਸੀਟੀਵੀ ਕੈਮਰੇ ਦੇ ਵਿੱਚ ਪੂਰੀ ਹਰਕਤ ਕੈਦ ਹੋਈ ਹੈ। ਚੋਰਾਂ ਨੇ ਜੱਜ ਦੇ ਘਰੋਂ 51 ਤੋਲੇ ਸੋਨਾ ਚੋਰੀ ਕੀਤਾ। ਪਰਿਵਾਰ ਨੇ ਘਰ 'ਚ ਆ ਕੇ ਜਦੋਂ ਹਾਲ ਦੇਖੇ ਤਾਂ ਫਿਰ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਔਰ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਆ। ਗੋਇੰਦਵਾਲ ਪੁਲਿਸ ਜੋ ਹੈ ਉਹ ਸੀਸੀਟੀਵੀ ਖੰਗਾਲ ਰਹੀ ਹੈ ਔਰ ਫਤਿਹਾਬਾਦ ਦੀ ਘਟਨਾ ਇਹ, ਗੋਇੰਦਵਾਲ ਦੇ ਨਜ਼ਦੀਕ, ਗੋਇੰਦਵਾਲ ਸਾਹਿਬ ਦੇ ਨਜ਼ਦੀਕ ਹੀ ਫਤਿਹਾਬਾਦ ਦੀ ਘਟਨਾ ਹੈ ਇਹ, ਜਿੱਥੇ ਕਿ ਮਹਿਲਾ ਜੱਜ ਦੇ ਘਰ ਚੋਰੀ ਹੋਈ ਹੈ ਔਰ 51 ਤੋਲੇ ਸੋਨੇ ਦੇ ਗਹਿਣੇ ਚੋਰੀ ਹੋਏ ਨੇ ਔਰ ਉੱਥੇ ਹੀ ਕੁਝ ਕੈਸ਼ ਵੀ ਚੋਰੀ ਕੀਤਾ ਗਿਆ ਹੈ। ਤਾਂ ਘਰ ਦੇ ਅੰਦਰ ਦਾਖਲ ਹੋਏ ਚੋਰ, ਤਾਲਾ ਤੋੜਿਆ ਗਿਆ, ਤਾਲਾ ਤੋੜ ਕੇ ਉਹਨਾਂ ਨੇ ਘਰ ਦੇ ਅੰਦਰ ਜੋ ਵੜੇ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਸੋਨਾ ਚੋਰੀ ਕੀਤਾ, ਜੋ ਕੁਝ ਵੀ ਸੀ ਪੂਰਾ ਘਰ ਛਾਣ ਮਾਰਿਆ ਔਰ ਪੁਲਿਸ ਹੁਣ ਜਾਂਚ ਪੜਤਾਲ ਕਰ ਰਹੀ ਹੈ। ਜੋ ਕੰਮ ਪੁਲਿਸ ਦਾ ਬਾਅਦ 'ਚ ਹੁੰਦਾ ਉਹ ਪੁਲਿਸ ਕਰ ਰਹੀ ਹੈ। ਤਾਂ ਖੈਰ ਕੋਈ ਡਰ ਭੈ ਨਹੀਂ ਹੈ, ਲੱਗ ਰਿਹਾ ਕਿ ਪੁਲਿਸ ਦਾ ਕੋਈ ਡਰ ਭੈ ਨਹੀਂ ਹੈ ਚੋਰਾਂ ਨੂੰ ਔਰ ਕਿਉਂਕਿ ਜਿਸ ਤਰੀਕੇ ਦੇ ਨਾਲ ਦਿਨ ਦਿਹਾੜੇ ਵਾਕਾ ਕੀਤਾ ਇਹਨਾਂ ਨੇ, ਦਿਨ ਦਿਹਾੜੇ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਤਾਂ ਉੱਥੇ ਹੀ ਜੱਜ ਦੇ ਪਤੀ ਡਾਕਟਰ ਰਾਹੁਲ ਸਿੰਘ ਅਤੇ ਉਹਨਾਂ ਦੇ ਜੋ ਫਾਦਰ ਇਨ ਲਾਅ ਨੇ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕਿ ਉਹ ਤਾਂ ਆਪਦੇ ਕਲੀਨਿਕ 'ਤੇ ਗਏ ਹੋਏ ਸੀ ਔਰ ਜਦੋਂ ਘਰ ਆ ਕੇ ਦੇਖੇ ਉਹਨਾਂ ਨੇ ਹਾਲ ਤਾਂ ਫਿਰ ਹੋਸ਼ ਉੱਡ ਗਏ ਉਹਨਾਂ ਦੇ, ਕਿਉਂਕਿ ਜਦੋਂ ਉਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਗੱਲ ਕਿ ਇਸ ਅਲਮਾਰੀ ਦੇ ਵਿੱਚੋਂ ਸਮਾਨ ਗਾਇਬ ਆ, ਕੀ ਕੁਝ ਸੀਗਾ, ਤਾਂ ਪਰਿਵਾਰ ਨੇ ਦੱਸਿਆ ਕਿ ਇਹਦੇ ਵਿੱਚ ਤਾਂ ਗਹਿਣਾ ਗੱਟਾ ਸਾਰਾ ਕੀਮਤੀ ਸਮਾਨ ਇਸ ਅਲਮਾਰੀ ਦੇ ਵਿੱਚ ਸੀਗਾ। ਤਾਂ ਮਹਿਲਾ ਜੱਜ ਦੇ ਘਰ ਚੋਰੀ ਦੀ ਵਾਰਦਾਤ ਹੋਈ ਹੈ, ਦੋ ਚੋਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਦੁਪਹਿਰੇ 12 ਵਜੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਦੋਂ ਦੋ ਚੋਰ ਘਰ ਦੇ ਅੰਦਰ ਆ ਵੜਦੇ ਆ, ਤਾਲਾ ਤੋੜਦੇ ਆ, ਪਹਿਲਾਂ ਘਰ ਦਾ ਤਾਲਾ ਤੋੜ ਕੇ ਮੇਨ ਗੇਟ ਦਾ ਜਿਹੜਾ ਅੰਦਰ ਆ ਵੜਦੇ ਆ ਔਰ ਉਸ ਤੋਂ ਬਾਅਦ ਫਿਰ ਸੀਸੀਟੀਵੀ ਕੈਮਰੇ ਰਾਹੀਂ ਜਦੋਂ ਦੇਖਦੇ ਆ ਤਾਂ ਫਿਰ ਪਤਾ ਲੱਗਦਾ ਕਿ ਇਹ ਕੌਣ ਜਿਹੜੇ ਆ ਦੋ ਚੋਰ ਨਿਕਲ ਕੇ ਆਏ ਸਾਹਮਣੇ ਔਰ ਉੱਥੇ ਹੀ ਹੁਣ ਪੁਲਿਸ ਖੰਗਾਲ ਰਹੀ ਹੈ ਸੀਸੀਟੀਵੀ। ਹਾਲਾਂਕਿ ਤਿੰਨ ਜਣੇ ਆਏ ਸੀ, ਇੱਕ ਜਣਾ ਮੋਟਰਸਾਈਕਲ 'ਤੇ ਬਾਹਰ ਖੜਾ ਸੀਗਾ ਗਲੀ ਦੇ ਅੰਦਰ ਔਰ ਦੋ ਜਣਿਆਂ ਨੇ ਜਦੋਂ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਔਰ ਉਸ ਤੋਂ ਬਾਅਦ ਫਿਰ ਮੋਟਰਸਾਈਕਲ 'ਤੇ ਤੀਸਰੇ ਬੰਦੇ ਦੇ ਨਾਲ ਬੈਠ ਕੇ ਇਹ ਫਰਾਰ ਹੋ ਗਏ ਆ। ਤਾਂ ਪੁਲਿਸ ਹੁਣ ਲੱਭਦੀ ਫਿਰਦੀ ਆ ਇਹਨਾਂ ਚੋਰਾਂ ਨੂੰ, ਸੀਸੀਟੀਵੀ ਕੈਮਰੇ ਰਾਹੀਂ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਭਾਲ ਕੀਤੀ ਜਾ ਰਹੀ ਹੈ ਇਹਨਾਂ ਦੀ ਕਿ ਪਤਾ ਲੱਗੇ ਇਹ ਕੌਣ ਨੇ। ਔਰ ਪ੍ਰਨੀਤ ਕੌਰ ਨੇ ਫਿਰੋਜ਼ਪੁਰ ਦੇ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਨੇ ਜਿਨ੍ਹਾਂ ਦੇ ਘਰ ਚੋਰੀ ਹੋਈ ਹੈ ਔਰ ਦਿਨ ਦਿਹਾੜੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਸਮਝ ਸਕਦੇ ਹੋ ਤੁਸੀਂ ਕਿ ਜੇ ਜੱਜ ਦੇ ਘਰ ਚੋਰੀ ਹੋ ਸਕਦੀ ਹੈ ਤਾਂ ਆਮ ਬੰਦੇ ਦੇ ਕੀ ਹਾਲਾਤ ਹੋਣਗੇ, ਕਿਉਂਕਿ ਇੱਕ ਰਿਸਪੈਕਟਡ ਅਹੁਦਾ ਸਮਾਜ ਦੇ ਵਿੱਚ ਜੱਜ ਦਾ ਔਰ ਉੱਥੇ ਹੀ ਥੋੜ੍ਹਾ ਡਰ ਭੈ ਵੀ ਹੁੰਦਾ ਇਸ ਚੀਜ਼ ਨੂੰ ਲੈ ਕੇ ਵੀ। ਤਾਂ ਚੋਰਾਂ ਨੇ ਜੱਜ ਦਾ ਘਰ ਵੀ ਨਹੀਂ ਬਖਸ਼ਿਆ, ਜੱਜ ਦੇ ਘਰ ਦੇ ਅੰਦਰ ਵੀ ਚੋਰਾਂ ਨੇ ਚੋਰੀ ਕੀਤੀ ਹੈ। ਹਾਲਾਤ ਦੇਖੋ ਤੁਸੀਂ ਕੀ ਬਣੇ ਹੋਏ ਨੇ ਕਿ ਦਿਨ ਦਿਹਾੜੇ 12 ਵਜੇ ਇਹਨਾਂ ਨੂੰ ਕੋਈ ਡਰ ਭੈ ਨਹੀਂ ਹੈ, ਕਿਉਂਕਿ ਦਿਨ ਦਿਹਾੜੇ 12 ਵਜੇ ਆ ਕੇ ਇਹਨਾਂ ਨੇ ਘਰ ਦੇ ਅੰਦਰ ਧਾਵਾ ਬੋਲ ਦਿੱਤਾ ਔਰ ਸੋਨੇ ਦੇ ਗਹਿਣੇ ਜੋ ਗਹਿਣਾ ਗੱਟਾ ਸੀਗਾ 51 ਤੋਲੇ ਸੋਨਾ ਦੱਸਿਆ ਜਾ ਰਿਹਾ, 51 ਤੋਲੇ ਸੋਨਾ ਲੈ ਕੇ ਇਹ ਘਰੋਂ ਫਰਾਰ ਹੋ ਗਿਆ। ਹੁਣ ਪਰਿਵਾਰ ਕੀ ਕਹਿ ਰਿਹਾ, ਪਰਿਵਾਰ ਨੇ ਇਤਲਾਹ ਦਿੱਤੀ ਹੈ ਪੁਲਿਸ ਨੂੰ, ਪਰਿਵਾਰ ਕੀ ਕਹਿ ਰਿਹਾ ਸੁਣਾਉਂਦੇ ਤੁਹਾਨੂੰ। ਮੈਂ ਇੱਥੇ ਫਤਿਹਾਬਾਦ 'ਚ ਪਿਛਲੇ 40-45 ਸਾਲ ਤੋਂ ਪ੍ਰੈਕਟਿਸ ਕਰ ਰਿਹਾ, ਪ੍ਰਾਈਵੇਟ ਪ੍ਰੈਕਟਿਸ ਕਲੀਨਿਕ ਮੇਰਾ, ਔਰ ਕੱਲ੍ਹ ਦੀ ਗੱਲ ਹੈ, 17 ਤਰੀਕ ਦੀ, ਅਤੇ ਉਹ ਜਿਵੇਂ ਮੈਂ ਕਲੀਨਿਕ 'ਤੇ ਜਾਂਦਾ 11 ਵਜੇ ਸਵੇਰੇ,
ਅਤੇ ਮੈਂ ਫਿਰ ਮੁੜ ਕੇ ਸਾਰਾ ਦਿਨ ਉੱਥੇ ਰਿਹਾ, ਸ਼ਾਮੀ 6 ਵਜੇ ਆਇਆ ਅਤੇ ਬਾਹਰੋਂ ਜਿੰਦਰਾ ਖੋਲ੍ਹ ਕੇ ਜਦੋਂ ਮੈਂ ਅੰਦਰ ਆਇਆ ਅਤੇ ਵੇਖਿਆ ਵੀ ਜਿਹੜਾ ਅੰਦਰਲਾ ਦਰਵਾਜ਼ਾ ਵਿਹੜੇ ਦਾ ਅੰਦਰ ਐਂਟਰੀ ਜਿੱਥੇ ਹੁੰਦੀ ਹੈ ਉਹਦਾ ਕੁੰਡਾ ਟੁੱਟਿਆ ਅਤੇ ਜਿੰਦਰਾ ਵੱਢ ਕੇ ਥੱਲੇ ਸੁੱਟਿਆ ਅਤੇ ਮੈਂ ਆਖਿਆ ਵੀ ਕੋਈ ਵਾਰਦਾਤ ਹੋ ਗਈ ਹੈ, ਜਿਹੜਾ ਕਿਸੇ ਨੇ ਇੱਦਾਂ ਕੋਈ ਚੋਰੀ ਹੈ। ਅੰਦਰ ਆਇਆ ਅਤੇ ਫਿਰ ਮੈਂ ਅੰਦਰਲੇ ਕਮਰੇ 'ਚ ਗਿਆ, ਸਟੋਰ ਵੇਖਿਆ ਅਤੇ ਉੱਥੇ ਜਿਹੜੀਆਂ ਲੋਹੇ ਦੀਆਂ ਅਲਮਾਰੀਆਂ ਉਹਨਾਂ ਦੇ ਜਿੰਦਰੇ ਟੁੱਟੇ ਪਏ ਅਤੇ ਉਹ ਸਰੀਏ ਦੇ ਨਾਲ ਤੋੜ ਕੇ ਉਹਨਾਂ ਨੂੰ ਅਤੇ ਮਤਲਬ ਵਿੰਗੇ ਟੇਢੇ ਕੀਤੇ ਆ ਅਤੇ ਦਰਵਾਜ਼ੇ ਖੋਲ੍ਹੇ ਆ ਅਤੇ ਕੁਝ ਜਿਹੜੇ ਜਿਊਲਰੀ ਦੇ ਬੋਕਸ ਆ ਉਹ ਖਿਲਰੇ ਆ, ਕੱਪੜੇ ਸਾਰੇ ਖਿਲਰੇ ਵਿੱਚੋਂ ਕੱਢ ਕੇ, ਲਿਫਾਫੇ ਜਿਹੜੇ ਪੇਪਰ ਆ, ਕੋਈ ਛੋਟੇ ਮੋਟੇ ਜ਼ਰੂਰੀ ਘਰ ਦੇ ਕਾਗਜ਼ ਉਹ ਸਾਰੇ ਖਿਲਰੇ ਪਏ ਆ, ਕੋਈ ਪਾਟੇ ਪਏ ਆ ਅਤੇ ਕੱਪੜੇ ਸਾਰੇ ਕੱਢ ਕੱਢ ਬਾਹਰ ਸੁੱਟੇ ਆ ਅਤੇ ਦੋ ਅਲਮਾਰੀਆਂ ਤਿੰਨ ਉਹਨਾਂ ਦੇ ਜਿੰਦਰੇ ਸਾਰਿਆਂ ਦੇ ਟੁੱਟੇ ਆ ਅਤੇ ਦਰਵਾਜ਼ੇ ਜਿਹੜੇ ਉਹ ਵਿੰਗੇ ਕੀਤੇ ਆ ਅਤੇ ਜਦੋਂ ਵੇਖਿਆ ਵੀ ਉਹ ਜਿਊਲਰੀ ਵਾਲੀ ਅਸੀਂ ਵੇਖਿਆ ਵੀ ਇਹ ਸਾਰੇ ਬਕਸੇ ਵਿਹਲੇ ਆ ਅਤੇ ਵਾਈਫ ਮੇਰੀ ਉੱਥੇ ਅਤੇ ਲੜਕਾ ਅੰਮ੍ਰਿਤਸਰ ਰਹਿੰਦੇ, ਉਹਨਾਂ ਨੂੰ ਮੈਂ ਫੋਨ ਕੀਤਾ ਵੀ ਇੱਦਾਂ ਇੱਦਾਂ ਆਪਣੇ ਚੋਰੀ ਹੋ ਗਈ ਆ ਅਤੇ ਇਹ ਜਿਹੜੇ ਬਕਸੇ ਆ ਜਿੱਦਾਂ ਵੀ ਗਹਿਣਿਆਂ ਦੇ ਬਕਸੇ ਆ ਜਿਊਲਰੀ ਦੇ ਇਹ ਖਾਲੀ ਆ ਅਤੇ ਇੱਦਾਂ ਸੁੱਟੇ ਆ ਪਾੜ ਪਾੜ ਕੇ। ਉਹ ਕਹਿੰਦੇ ਵੀ ਆਪਣਾ ਤਾਂ ਇੱਥੇ ਬਈ ਇਹਨਾਂ ਵਿੱਚ ਜਿਊਲਰੀ ਸੀਗੀ, ਗਹਿਣੇ ਆ ਵਿਆਹ ਸ਼ਾਦੀ ਦੇ ਜਿਹੜੇ ਪਹਿਲਾਂ ਕੁੜੀ ਦੇ ਵੀ ਸਾਡੀ ਨੌਂਹ ਦੇ ਵੀ ਅਤੇ ਇਹਦੇ ਮੇਰੀ ਵਾਈਫ ਦੇ ਵੀ ਅਵਤਾਰ ਕੌਰ ਦਾ ਨਾਂ ਅਤੇ ਉਹ ਸਾਰੇ ਜਿੱਦਾਂ ਵੀ ਹੁਣ ਗਹਿਣੇ ਪਾਉਣ ਦਾ ਤਾਂ ਰਿਵਾਜ਼ ਵੀ ਘਟਿਆ ਅਤੇ ਸਾਰੇ ਘਰ ਹੀ ਪਏ ਸੀਗੇ ਅਤੇ ਉਹ ਫਿਰ ਇਹਨਾਂ ਦੱਸਿਆ ਵੀ ਉਹ ਕਾਫੀ ਮਾਤਰਾ 'ਚ ਸਾਡੇ ਜਿਹੜੇ ਆ ਪਿਛਲੇ 10-20 ਸਾਲਾਂ ਤੋਂ ਪਏ ਆ ਅਤੇ ਉਹ ਸਾਰੇ ਲੈ ਗਏ ਅਤੇ ਖਾਲੀ ਜਿਹੜੇ ਉਹ ਡੱਬੇ ਸੁੱਟ ਗਏ। ਕਿੰਨਾ ਹੋਊਗਾ, ਕਿੰਨੇ ਤੋਲੇ ਸਮਾਨ ਹੋਊਗਾ? ਇਹ ਅੰਦਾਜ਼ਨ 50 ਤੋਲੇ ਦੇ ਲਗਭਗ। ਕੁਛ ਕੈਸ਼ ਵੀ ਸੀ? ਹਾਂ, ਅਤੇ ਸਾਰਾ ਹੀ ਜਿਹੜਾ ਇਹ ਕਿਉਂਕਿ ਅਸੀਂ ਇਹ ਡਿਕਲੇਅਰਡ ਆ ਸਾਰਾ ਜਿਹੜਾ ਗੋਲਡ ਆ ਇਹ ਆਪਾਂ ਉੱਦਾਂ 2 ਨੰਬਰ 'ਚ ਨਹੀਂ ਰੱਖਦੇ ਵੀ ਐਵੇਂ ਬਣਾ ਕੇ ਰੱਖ ਛੱਡਿਆ, ਉਹਨੂੰ ਅਸੀਂ ਇਨਕਮ ਟੈਕਸ ਪੇ ਕਰਦੇ ਹਾਂ ਸਾਰੇ ਜਣੇ ਹੀ, ਮੇਰਾ ਲੜਕਾ ਵੀ, ਮੇਰੀ ਵਾਈਫ ਵੀ, ਮੈਂ ਵੀ, ਸਾਡੀ ਨੌਂਹ ਜੱਜ ਸਾਹਿਬ ਆ ਜੁਡੀਸ਼ਰੀ ਦੀ, ਉਹ ਵੀ ਸਾਰੇ ਸਾਡੇ ਕੋਲ ਜਿੰਨਾ ਕੋਈ ਚੀਜ਼ ਆ ਜਿਹੜੀ ਪਈ ਘਰ ਉਹ ਡਿਕਲੇਅਰਡ ਆ। ਕੈਸ਼ ਕੈਸ਼ ਤੋਂ ਇਸ ਕਰਕੇ ਜਿਹੜਾ ਇਹ ਹੈਗਾ ਗੋਲਡ ਵੀ ਆ ਜਾਂ ਜੂਲਰੀ ਆ ਵੀ ਇਹ ਉੱਦਾਂ ਅੰਦਾਜ਼ਨ ਨਹੀਂ ਗੀ, ਇਹ ਸਾਰੀ ਕੈਲਕੂਲੇਟਡ ਹੈ ਹੈ ਨਾ। ਅਤੇ ਕੈਸ਼ ਕੋਈ ਜਿੱਦਾਂ ਘਰਾਂ 'ਚ 2-5 ਹਜ਼ਾਰ ਤੱਕ ਦੀ ਮੈਂ ਸਮਝਦਾ ਵੀ ਇੰਨਾ ਕੁ ਹੋਊਗਾ ਅਤੇ ਉਹ ਕੋਈ ਜ਼ਿਆਦਾ ਨਹੀਂ ਸਾਡੇ ਕੋਲ, ਉਹ ਜਿਹੜਾ ਵਰਤੋਂ 'ਚ ਹੀ ਉਹਨਾਂ ਕੀ ਉਹ ਜਿਹੜਾ ਅਸੀਂ ਘਰਾਂ 'ਚ ਰੱਖੀਦਾ ਇਹਨੂੰ ਜ਼ਿਆਦਾ ਨਹੀਂ ਆ। ਪੁਲਿਸ ਨੂੰ ਸੂਚਨਾ ਦਿੱਤੀ ਕੁਛ ਤਰ੍ਹਾਂ ਉਹ ਆ ਗਏ? ਹਾਂਜੀ, ਜਦੋਂ ਇਹ ਸਾਰਾ ਕੁਛ ਹੋਇਆ ਅਤੇ ਵੇਖਿਆ ਸਾਰਾ ਸਮਾਨ ਸਮੂਨ ਅਤੇ ਸਾਨੂੰ 1-2 ਘੰਟੇ ਲੱਗ ਗਏ ਅਤੇ ਉਹ ਫੁਟੇਜ ਵੇਖੀ ਕੈਮਰਿਆਂ ਦੀ, ਅੰਦਰ ਕੈਮਰਾ ਲੱਗਾ ਮਤਲਬ ਕਿ ਵਿਹੜੇ 'ਚ, ਇੱਕ ਸਾਡੇ ਬਾਹਰਲੇ ਗੇਟ ਦੇ ਬਾਹਰ ਲੱਗਾ, ਉਹਨਾਂ ਦੀ ਵੇਖੀ ਅਤੇ ਉਹਨਾਂ 'ਚ ਕਿੱਦਾਂ ਉਹ ਬੰਦੇ ਆਉਂਦੇ ਆ ਜਾਂਦੇ ਆ, 2 ਜਣੇ ਛਾਲ ਮਾਰਦੇ ਆ ਗੇਟ ਦੇ ਉੱਤੋਂ ਦੀ ਟੱਪ ਕੇ ਆਏ ਆ, ਬਾਹਰਲਾ ਜਿੰਦਰਾ ਨਹੀਂ ਉਹਨਾਂ ਨੇ ਤੋੜਿਆ ਅਤੇ ਅੰਦਰਲਾ ਫਿਰ ਆਣ ਕੇ ਜਦੋਂ ਤੋੜਦੇ ਆ, ਅੰਦਰਲੇ ਕੈਮਰੇ ਨੇ ਦੱਸਿਆ ਵੀ ਇੰਨਾ ਚਿਰ ਇਹਨਾਂ ਨੂੰ ਕਾਫੀ ਦੇਰ ਲੱਗੀ ਉਹਨੂੰ ਤੋੜਦੇ ਆ, ਉਹ ਟੁੱਟਾ ਨਹੀਂ, ਉਹਨਾਂ ਨੇ ਉਹ ਕੱਟ ਕੇ ਸਾਰਾ ਅਤੇ ਉਹ ਕੁੰਡਾ ਜਿਹੜਾ ਉਹ ਕੱਟ ਦਿੱਤਾ ਅਤੇ ਫਿਰ ਉਹ ਅੰਦਰ ਐਂਟਰ ਹੋਇਆ ਅਤੇ ਉਹ ਸਾਰੀ ਫੁਟੇਜ ਜਿਹੜੀ ਆਪਾਂ ਕਰੀਬ 7-8 ਵਜੇ 8 ਕੁ ਵਜੇ ਈਮੇਲ ਕਰਤੀ ਇਹਨਾਂ ਨੂੰ ਚੌਂਕੀ, ਪੁਲਿਸ ਚੌਂਕੀ ਫਤਿਹਾਬਾਦ ਨੂੰ ਕੈਮਰਾ ਫੁਟੇਜ। ਫਿਰ 8-9 ਦੇ ਵਿੱਚ ਮੈਂ ਇੱਥੋਂ ਆਪਣੇ ਗੁਆਂਢੀ ਨਾਲ ਲੈ ਕੇ ਜੋਤੀ ਸ਼ਰਮਾ ਅਸੀਂ 3-4 ਜਣੇ ਗਏ ਹਾਂ ਅਤੇ ਉਹਨਾਂ ਨੂੰ ਦੱਸਿਆ ਵੀ ਆਹ ਸਾਡੀ ਵਾਰਦਾਤ ਹੋਈ ਆ
ਅਤੇ ਉਹਨਾਂ ਨੇ ਦਰਖਾਸਤ ਲਿਖ ਲਈ ਹੈ, ਅਸੀਂ ਲਿਖਾ ਦਿੱਤਾ ਵੀ ਆਹ ਕੁਛ ਸਾਡਾ ਇੱਦਾਂ ਅੰਦਾਜ਼ਾ ਨੂੰ ਉਦੋਂ ਤੱਕ ਸਾਨੂੰ ਕੋਈ ਜਿਊਲਰੀ ਦਾ ਵੀ ਨਹੀਂ ਅੰਦਾਜ਼ਾ। ਇੱਥੋਂ ਪੁਲਿਸ ਸਟੇਸ਼ਨ ਇੱਥੋਂ ਕਿੰਨੀ ਦੂਰ ਹੈ? ਪੁਲਿਸ ਸਟੇਸ਼ਨ ਇੱਥੋਂ ਆਪਾਂ ਕਹਿ ਸਕਦੇ ਹਾਂ ਅੱਧਾ 500 ਮੀਟਰ, ਅੱਧਾ ਕਿਲੋਮੀਟਰ। ਹਾਂਜੀ, ਮੇਰਾ ਨਾਮ ਡਾਕਟਰ ਰਾਹੁਲ ਸਿੰਘ ਜੋਸਨ ਹੈ ਜੀ। ਮੈਂ ਐਜ਼ ਆ ਸਾਈਕੈਟ੍ਰਿਸਟ ਵਰਕ ਕਰ ਰਿਹਾ, ਅਤੇ ਮੇਰੇ ਵਾਈਫ ਵਰਕ ਕਰ ਰਹੇ ਐਜ਼ ਆ ਜੁਡੀਸ਼ੀਅਲ ਮੈਜਿਸਟਰੇਟ ਫਿਰੋਜ਼ਪੁਰ। ਇਹ ਕੱਲ੍ਹ ਦੀ ਹੈਗੀ ਹੈ ਘਟਨਾ, ਅਰਾਊਂਡ 3 PM 3 ਵਜੇ ਦਾ ਟਾਈਮ ਹੈ। ਅਤੇ ਉਹਦੇ 'ਚ ਜੋ ਮਤਲਬ CCTV 'ਚ ਨਜ਼ਰ ਆ ਰਿਹਾ ਕਿ ਦੋ ਮਤਲਬ ਨਕਾਬ ਪੋਸ਼ ਹੈਗੇ ਆ ਵਿਅਕਤੀ ਜਿਹੜੇ ਗੇਟ ਟੱਪ ਕੇ ਅੰਦਰ ਆ ਰਹੇ ਆ, ਅਤੇ ਉਹ ਮਤਲਬ ਗੇਟ ਜਿਹੜਾ ਹੈਗਾ ਮੇਨ ਐਂਟਰੈਂਸ ਹੈ ਘਰ ਦੀ ਉਹ ਲੋਕ ਨਹੀਂ ਤੋੜਦੇ, ਅੰਦਰ ਜਿਹੜਾ ਲੋਕ ਹੈ ਉਹਨੂੰ ਤੋੜਦੇ ਆ। ਉਹ 7-8 ਮਿੰਟ 'ਚ ਉਹ ਤਕਰੀਬਨ ਉਹ ਐਂਟਰ ਕਰ ਜਾਂਦੇ ਆ, ਅਤੇ ਫਿਰ ਮਤਲਬ ਅੰਦਰ ਤਾਂ ਕੋਈ ਸਾਡੇ ਕੋਲ CCTV ਨਹੀਂ ਹੈ, ਬਟ ਉਹ ਤੋਂ ਮਤਲਬ ਅਪਰੋਕਸੀਮੇਟਲੀ 12 ਮਿੰਟ ਵਿੱਚ ਉਹ ਸਾਰੀ ਘਟਨਾ ਨੂੰ ਅੰਜਾਮ ਦੇ ਕੇ, ਅਤੇ ਵਾਪਸ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਹੋਰ ਹੁੰਦਾ ਬਾਹਰ, ਉਹਦੇ ਨਾਲ ਉਹ ਬੈਠ ਕੇ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਗੋਲਡ ਹੈਗਾ ਜੀ 51 ਤੋਲੇ ਜਿਹੜਾ ਹੁਣ ਤੱਕ ਅਸੀਂ ਕੈਲਕੂਲੇਟ ਕੀਤਾ ਜੀ, ਔਰ ਉਹਨਾਂ ਕੋਲ ਕਿਰਚਾਂ ਸੀਗੀਆਂ ਜਿਹੜੀਆਂ CCTV ਫੁਟੇਜ 'ਚ ਦਿਖਾਈ ਦਿੰਦੀਆਂ ਵੀ ਉਹਨਾਂ ਕੋਲ। ਸਾਨੂੰ ਜੀ ਇਹ ਜਲਦੀ ਤੋਂ ਜਲਦੀ ਜਿਹੜਾ ਜਸਟਿਸ ਆ ਉਹ ਦਿਲਾਇਆ ਜਾਏ, ਔਰ ਸਾਨੂੰ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਹੋਵੇ। ਔਰ ਹਾਂਜੀ, ਉਹ ਲੱਗਦਾ ਸੀ ਵੀ ਜਿਵੇਂ ਪੂਰੇ ਪ੍ਰੋਫੈਸ਼ਨਲ ਹੁੰਦੇ, ਕਿਉਂਕਿ 15-20 ਮਿੰਟ ਦੇ ਵਿੱਚ ਹੀ ਸਾਰੀ ਘਟਨਾ ਨੂੰ ਅੰਜਾਮ ਦੇ ਕੇ ਔਰ ਉਹ